ਪੰਜਾਬ ਦੇ ਗੈਂਗਸਟਰਾਂ ਦੀ ਸੂਚੀ ਵਿੱਚ ਇੱਕ ਵੱਡਾ ਨਾਮ ਘਟ ਗਿਆ ਹੈ ਬੀਤੀ ਰਾਤ ਪੁਲਿਸ ਨੇ ਵਿੱਕੀ ਗਾਉਂਡਰ ਦਾ ਇਨਕਾਊਂਟਰ ਕੀਤਾ ਸਾਡੇ ਨਾਲ ਜਾਣਕਾਰੀ ਲਈ ਮੌਜੂਦ ਨੇ ਡੀਜੀਪੀ ਸੁਰੇਸ਼ ਅਰੋੜਾ ਅਰੋੜਾ ਸਾਹਿਬ ਸਾਨੂੰ ਇਹ ਦੱਸੋ ਕਿ ਇਹ ਜਿਹੜਾ ਇਨਕਾਊਂਟਰ ਹੋਇਆ ਉਹਦੀ ਐਗਜ਼ੈਕਟ ਲੋਕੇਸ਼ਨ ਕੀ ਸੀਗੀ ਤੇ ਕਿਵੇਂ ਟ੍ਰੇਸ ਕੀਤਾ ਉੱਥੇ ਦੇਖੋ ਐਗਜ਼ੈਕਟ ਲੋਕੇਸ਼ਨ ਤੁਹਾਨੂੰ ਪਤਾ ਹੋ ਰਾਜਸਥਾਨ ਦੇ ਵਿੱਚ ਜਿਹੜਾ ਪਨਾਵਾ ਪਿੰਡ ਸਾਡਾ ਪੰਜਾਬ ਦਾ ਹੈਗਾ ਔਰ ਉਹ ਜਿੱਥੇ ਢਾਨੀ ਜਿੱਥੇ ਐਕਚੁਅਲ ਇਨਕਾਊਂਟਰ ਹੋਇਆ ਉਹ ਇਨਕਾਊਂਟਰ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਾ ਕਿ ਵੀ ਇਹ ਤਾਂ ਰਾਜਸਥਾਨ 'ਚ ਪੈਂਦਾ ਬਿਕੋਜ਼ ਇਟ ਇਜ਼ ਵੈਰੀ ਔਰ ਬਾਕੀ ਪਤਾ ਕਿਵੇਂ ਲੱਗਾ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਹਰ ਕ੍ਰਿਮੀਨਲ ਹੁੰਦਾ ਹੈ ਉਹ ਆਪਣਾ ਕੋਈ ਨਾ ਕੋਈ ਕ੍ਰਾਈਮ ਕਰਕੇ ਫੂਟਪ੍ਰਿੰਟ ਛੱਡ ਜਾਂਦਾ ਹੈ ਤਾਂ ਇਹ ਵਿਕੀ ਕੋਨਟਰ ਸੀਗਾ ਇਹਨੂੰ ਨਾਬਾ ਜੇਲ੍ਹ ਤੋਂ ਡੋੜੇ ਹੋਏ 1 ਸਾਲ ਤੋਂ ਕਿੰਨੇ 2 ਮਹੀਨੇ 1 ਮਹੀਨਾ 2 ਕੁ ਮਹੀਨੇ ਹੋ ਗਏ ਸੀਗੇ ਤਾਂ ਉਹ ਜਿਹੜੀ ਅਸੀਂ ਕਾਜੰਸੀ ਕ੍ਰੀਏਟ ਕੀਤੀ ਹੈ ਅੰਡਰ ਡੀਜੀ ਇੰਟੈਲੀਜੈਂਸ ਆਰਗਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਇਹ ਇਹਦੇ ਇਨਚਾਰਜ ਸਾਡੇ ਆਈਜੀ ਹੈ ਉਹ ਛੋਟੇ ਛੋਟੇ ਡਾਟਸ ਜਿਹੜੇ ਹੁੰਦੇ ਹਨ ਉਹਨਾਂ ਨੂੰ ਇਕੱਠੇ ਕਰਕੇ ਇੱਕ bigger picture emerge ਹੁੰਦੀ ਹੈ ਕਿ ਜੀ ਕਿਹੜੇ ਏਰੀਆ ਦੇ ਵਿੱਚ ਬਾਰ-ਬਾਰ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਉਸ ਏਰੀਆ ਦੇ ਵਿੱਚ ਇਹ ਅ ਪ੍ਰੈਜ਼ੈਂਸ ਹੋ ਸਕਦੀ ਹੈ ਸਪੈਸ਼ਲ ਨਾਕੇ ਨੁਕੇ ਲਗਵਾਏ ਗਏ ਔਰ ਉਹਨੂੰ ਫਰਦਰ ਜਦ ਵਰਕਆਊਟ ਕੀਤਾ ਤਾਂ ਨਤੀਜੇ ਤੁਹਾਡੇ ਸਾਹਮਣੇ ਆ ਸਰ ਇਹ ਜਿਹੜਾ ਪਿੰਡ ਤੁਸੀਂ ਦੱਸਿਆ ਇਹ ਪੰਜਾਬ ਦੇ ਬਾਰਡਰ ਦੇ ਨਾਲ-ਨਾਲ ਇੰਟਰਨੈਸ਼ਨਲ ਬਾਰਡਰ ਨਾਲ ਵੀ ਲੱਗਦਾ ਹੈ ਤੇ ਕੋਈ ਕ੍ਰਾਸ ਬਾਰਡਰ ਲਿੰਕ ਵੀ ਐਸਟੈਬਲਿਸ਼ ਹੋਇਆ ਹੁਣ ਤੱਕ ਨੀ ਹਾਲ ਤਾਂ ਇਸ ਟੂਰ ਲਈ ਲੇਕਿਨ ਤੁਹਾਡੀ ਗੱਲ ਠੀਕ ਹੈ ਕਿਉਂਕਿ ਇੰਟਰਨੈਸ਼ਨਲ ਬਾਰਡਰ ਦੇ ਨਜ਼ਦੀਕ ਹੋਣ ਕਰਕੇ ਹੋ ਸਕਦਾ ਹੈ ਕਿ ਵੀ ਕਿਸੇ ਖਾਸ ਵਜ੍ਹਾ ਕਰਕੇ ਹੀ ਐਸੀ ਕੋਠਾਰ ਚੁਣੀ ਗਈ ਹੋਵੇ ਔਰ ਉਹ ਇਨਵੈਸਟੀਗੇਸ਼ਨ ਦੇਖਾਂਗੇ ਕਿ ਸਾਹਮਣੇ ਆਉਂਦਾ ਹੈ ਤੇ ਸਰ ਦੂਸਰੀ ਗੱਲ ਇਹ ਕਿ ਸੋਸ਼ਲ ਮੀਡੀਆ ਤੋਂ ਬਹੁਤ ਇਨਫਲੂਐਂਸ ਨਹੀਂ ਜਿਹੜੀ ਪੰਜਾਬ ਦੀ ਯੂਥ ਹੈ ਇਨਾਂ ਗੈਂਗਸਟਰਸ ਤੋਂ ਔਰ ਕਾਫੀ ਫੇਸਬੁੱਕ ਅਪਡੇਟਸ ਆਂਦੀਆਂ ਰਹਿੰਦੀਆਂ ਨੇ ਕਿ ਵਿੱਕੀ ਗਾਉਂਡਰ ਨਹੀਂ ਮਰਿਆ ਜਾਂ ਮਰ ਗਿਆ ਜੋ ਵੀ ਅਪਡੇਟ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਜਾਂਦੀ ਹੈ ਇਹ ਸੋਸ਼ਲ ਮੀਡੀਆ ਦੇ ਮੈਂਸ ਨੂੰ ਕਰਬ ਕਰਨ ਲਈ ਪੰਜਾਬ ਪੁਲਿਸ देखो सोशल मीडिया आई वुड से के भी दो ही तरीके हैं अपने को एक तरह के भी असली ठीक इंफॉर्मेशन है ओनु असी सोशल मीडिया ते पाई है इस सर के असी आप सोशल मीडिया च बहुत जल्दी असी लॉन्च ਕਰਨ ਜਾ ਰਹੇ ਆ ਉਹ ਤਾਂ ਕਿ ਲੋਕਾਂ ਨੂੰ ਇੱਕ ਅਸਲੀ ਦੂਜਾ ਪੱਖ ਵੀ ਸਾਹਮਣੇ ਆਵੇ ਹੁਣ ਤਾਂ ਡਿਸ ਇਨਫਾਰਮੇਸ਼ਨ ਜਿਆਦਾ ਆਂਦੀ ਹੈ ਔਰ ਦੂਜਾ ਜਿਹਦੇ ਚ ਕੋਈ ਧਮਕੀ ਵਾਲੀ ਗੱਲ ਹੁੰਦੀ ਹੈ ਉਹ ਅਸੀਂ ਫਿਰ ਕਨਸਰਨਡ ਟੇਕ ਅਪ ਕਰਕੇ ਉਹਨੂੰ ਰਿਮੂਵ ਵੀ ਕਰਵਾ ਦਿੰਦੇ ਆ ਪ੍ਰੈਸ ਕਾਨਫਰੈਂਸ ਤੁਸੀਂ ਦੱਸਿਆ ਕਿ ਇਹਨਾਂ ਗੈਂਗਸਟਰਸ ਨੇ ਜਦੋਂ ਓਪਨ ਕੀਤਾ ਸੀ ਫਾਇਰ ਉਹ ਇੱਕ ਕਵਰ ਫਾਇਰ ਦਿੱਤਾ ਗਿਆ ਸੀ ਦੋ ਨੂੰ ਭਜਾਣ ਲਈ ਤੇ ਇਹ ਸਾਰੀ ਜਿਹੜੀ ਕਵਰ ਫਾਇਰ ਵਾਲੀ ਥਿਉਰੀ ਹੈ ਇਸ ਫੋਰਸਿਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਵੀ ਕਿਤੇ ਇਸ ਇਸ ਤਰ੍ਹਾਂ ਦੀ ਟ੍ਰੇਨਿੰਗ ਮਿਲ ਰਹੀ ਸੀ ਕਿਤੋਂ ਨਹੀਂ ਆਈ ਡੋਨਟ ਥਿੰਕ ਬਈ ਵੀ ਕੈਨ ਕਮ ਟੂ ਥੈਟ ਕਨਕਲੂਜਨ ਐਸਾ ਕੋਈ ਨਹੀਂ ਹੈ ਇੱਕ ਇਨਸਟਿੰਕਟ ਹੁੰਦਾ ਹੈ ਕਿ ਬਈ ਜਦੋਂ ਨਿਕਲਣਾ ਹੈਗਾ ਤੇ ਸਿਕਨਾ ਫਾਇਰ ਕਰਕੇ ਨਿਕਲਣਾ ਹੈ ਇਸਰ ਕਿੰਨੇ ਪੁਲਿਸ ਕੌਪਸ ਇਸ آپریشن ਦੇ ਵਿੱਚ ਇੰਜਰਡ ਹੋਏ ਸਾਡੇ ਦੋ ਆਫੀਸਰ ਇੰਜਰਡ ਹੋਏ ਇੱਕ ਸਬ ਇੰਸਪੈਕਟਰ ਤੇ ਇੱਕ ਐਸਏ ਬੋਥ ਆਰ ਐਡਮਿਟਡ ਇਨ ਫਰੀਦਕੋਟ ਮੈਡੀਕਲ ਹਸਪੀਟਲ ਤੁਸੀਂ ਪ੍ਰੈਸ ਕਾਨਫਰੰਸ 'ਚ ਤੁਸੀਂ ਦੱਸਿਆ ਕਿ ਟੈਲੀਫੋਨਿਕਲੀ ਕਨਵਰਸੇਸ਼ਨ ਹੋਈ ਕਿ ਗੈਂਗਸਟਰ ਨਾਲ ਜਿਹਨੂੰ ਤੁਸੀਂ ਕਾਫੀ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਕ੍ਰਾਈਮਨ ਕ੍ਰਾਈਮਨਲ ਐਕਟੀਵਿਟੀਜ਼ ਨੂੰ ਛੱਡ ਕੇ ਇੱਕ ਆਮ ਨਾਗਰਿਕ ਜਿਹਾ ਕਾਈਂਡਲੀ ਉਹ ਥੋੜਾ ਜਿਹਾ ਐਕਸਪਲੇਨ ਕਰੋ ਉਹ ਕੀ ਹੋਈ ਇਹ ਉਹ ਦੇਖੋ ਮੈਂ ਜਦ ਅਪੀਲ ਕਰ ਰਿਹਾ ਸੀਗਾ ਤਾਂ ਮੈਂ ਇਹ ਗੱਲ ਕਹਿੰਦੀ ਕੋਸ਼ਿਸ਼ ਕਰਾਂ ਸੀ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਇਹਨਾਂ ਨੂੰ ਅਸੀਂ ਕ੍ਰਾਈਮ ਦੇ ਰਸਤੇੋਂ ਹਟਾ ਸਕੀਏ ਉਸ ਕੰਟੈਕਸਟ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੇਰੀ ਆਪਣੀ ਇੱਕ ਇੱਕ ਆ ਡਿਗਰੀ ਦਾ ਗੈਂਗਸਟਰ ਐ ਮੈਂ ਉਹਨੂੰ ਵੀ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਕੁਝ ਨਹੀਂ ਪਿਆ ਇਸ ਮੈਟਰ ਆਫ ਟਾਈਮ ਤੁਹਾਨੂੰ ਯੂ ਕੈਨ ਸੀ ਫਰਮ ਅ ਡਿਸਟੈਂਸ ਕਿ ਥਿਸ ਇਜ਼ ਗੋਇੰਗ ਟੂ ਵਾਟ ਹੈਪਨ ਯਾ ਫੜੇ ਜਾਣਗੇ ਜਾਂ ਇਸ੍ਰੀਕੇ ਦਾ کہیں ਨਾ کہیں ਮੁਕਾਬਲਾ ਹੋ ਜਾਏਗਾ ਸੋ ਬੈਟਰ ਇਹ ਹੈਗਾ ਕਿ ਵੀ ਆਪਣੇ ਪਰਿਵਾਰ ਨੂੰ ਆਪਣੇ ਭੈਣ ਭਰਾ ਨੂੰ ਉਹਨਾਂ ਦਾ ਧਿਆਨ ਰੱਖਦੇ ਹੋਏ ਆਪਣਾ ਸਿੱਧੇ ਰਸਤੇ ਆ ਸਰ ਜਦੋਂ ਤੁਸੀਂ ਡੀਜੀਪੀ ਪੰਜਾਬ ਅਪਾਇੰਟ ਹੋਏ ਸੀ ਉਦੋਂ ਕਮਿਊਨਿਟੀ ਪੁਲਿਸਿੰਗ ਨੂੰ ਬਹੁਤ ਪ੍ਰਮੋਟ ਕੀਤਾ ਗਿਆ ਸੀ ਤੁਹਾਡੇ ਦੁਆਰਾ ਹਰ ਜਗ੍ਹਾ ਤੇ ਮੀਟਿੰਗਸ ਲਈਆਂ ਗਈਆਂ ਸੀ ਤੇ ਇਹੀ ਗੈਂਗਸਟਰਾਂ ਤੇ ਵੀ ਥਿਊਰੀ ਇੰਪਲੀਮੈਂਟ ਹੋ ਰਹੀ ਹੈ ਹਰ ਪੁਲਿਸ ਆਫੀਸਰ ਨੂੰ ਕਿਹਾ ਗਿਆ ਹੈ ਕਿ ਉਹਨਾਂ ਦੀ ਮਾਈਂਡ ਵਾਸ਼ ਕਰਕੇ ਉਹਨਾਂ ਨੂੰ ਵਾਪਸ ਲੈ ਕੇ ਆਓ ਦੇਖੋ ਭਲੇ ਪੁਲਿਸ ਦਾ ਜਦ ਤੁਸੀਂ ਇੱਕ ਦੇਖੋਗੇ ਪੁਲਿਸ ਆਪਣੀ ਸੁਸਾਇਟੀ ਦੇ ਨਾਲ ਕੰਮ ਕਰਨ ਵਾਲੀ ਹੁੰਦੀ ਹੈ ਪੁਲਿਸ ਕੋਈ ਨਾ ਦਾ ਬਾਹਰੋਂ ਆਂਦੀ ਹੈ ਨਾ ਸੁਸਾਇਟੀ ਆਪਣੀ ਦੁਸ਼ਮਣ ਹੈ ਤਾਂ ਸਾਡੀ ਤਾਂ ਕੋਸ਼ਿਸ਼ ਹੈ ਹੀ ਹੁੰਦੀ ਹੈ ਕਿ ਵੀ ਕ੍ਰਾਈਮ ਘਟੇ ਕ੍ਰਾਈਮ ਘਟਣ ਦੇ ਦੋ ਹੀ ਤਰੀਕੇ ਹੈ ਜਾਂ ਤਾਂ ਲੋਕੀ ਪਿੱਛੇ ਹਟ ਜਾਣ ਕ੍ਰਾਈਮ ਕਰਨ ਤੋਂ ਜਾਂ ਪੁਲਿਸ ਫੜਕੇ ਨੂੰ ਅੰਦਰ ਕਰੇ ਤਾਂ ਅਸੀਂ ਦੋਨੋਂ ਹੀ ਤਰੀਕੇ ਯੂ ਨੋ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਮਾਜ ਦੇ ਵਿੱਚ ਇੱਕ ਸੇਫ ਐਂਡ ਸਿਕਿਉਰ এনਵਾਇਰਨਮੈਂਟ ਰਹੇ ਸੋ ਹਥਿਆਰ ਨਾਲ ਨਹੀਂ ਹੁਣ ਪਿਆਰ ਨਾਲ ਵੀ ਪੰਜਾਬ ਪੁਲਿਸ ਇਹਨਾਂ ਗੈਂਗਸਟਰਾਂ ਨੂੰ ਵਾਪਸ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਹ ਉਹ ਨੌਜਵਾਨ ਪੀੜ੍ਹੀ ਹੈ ਪੰਜਾਬ ਦੀ ਜਿਹਨੇ ਪੰਜਾਬ ਦਾ ਫਿਊਚਰ ਬਣਾਉਣਾ ਹੈ ਕੈਮਰਾ ਪਰਸਨ ਰਜਿੰਦਰ ਸਿੰਘ ਦੇ ਨਾਲ ਅਮਨਦੀਪ 릭ਸ਼ਿਤ এবੀਪੀ ਸਾੰਝਾ ਚੰਡੀਗੜ੍ਹ